ਆਪਾਂ ਬਲੈਕ ਪਾਰਕ ਵਿੱਚ ਐਂਟਰ ਹੋ ਚੁੱਕੇ ਹਾਂ। ਅੱਛਾ ਜੀ, ਠੀਕ ਹੈ, ਜਿਹਨੂੰ ਕਾਲਾ ਪਾਰਕ ਵੀ ਕਹਿੰਦੇ ਆ ਪੰਜਾਬੀ ਦੇ ਵਿੱਚ। ਸੋ ਆਪਾਂ ਐਂਟਰ ਕਰ ਗਏ ਹਾਂ। ਉਹ ਦੇਖੋ, ਦੋ ਕਾਲੇ ਭੂਤ ਜਾ ਰਹੇ ਆ ਵਿੱਚ ਬਲੈਕ ਪਾਰਕ ਦੇ ਵਿੱਚ। ਉਹ ਉੱਥੇ ਛੋਟਾ ਜਿਹਾ ਹਾਊਸ ਬਣਿਆ ਹੋਇਆ, ਉੱਥੇ ਆਪਾਂ ਬੈਠ ਕੇ ਖਾ ਪੀ ਸਕਦੇ ਹਾਂ। ਇੱਕ ਕੈਫੇ ਟਾਈਪ ਹੀ ਆ, ਬਟ ਅੱਜ ਇਹ ਬੰਦ ਆ ਬਿਕੋਜ਼ ਕ੍ਰਿਸਮਿਸ ਹੈ, 25 ਦਸੰਬਰ ਹੈ। ਸੋ ਇਹ ਬੰਦ ਆ। ਇੱਧਰ ਲੇਕ ਹੈ, ਇੱਕ ਮੂਮੈਂਟ ਸ਼ੇਅਰ ਕਰਦੇ ਹਾਂ। ਲੇਕ ਦੇ ਵਿੱਚ ਬਹੁਤ ਸਾਰੀਆਂ ਡਕਸ ਜਾ ਰਹੀਆਂ ਨੇ, ਸਟ੍ਰੈਂਸ ਜਾ ਰਹੇ ਨੇ, ਅਤੇ ਛੋਟੀ ਛੋਟੀ ਚੁਚੁੰਦਰ ਜਾ ਰਹੀ ਨੇ। ਅਤੇ ਸਾਡਾ ਇੱਕ ਬੰਦਾ ਪਿੱਛੇ ਰਹਿ ਗਿਆ, ਉਹ ਆ ਰਿਹਾ ਭੱਜ ਕੇ। ਇੱਥੋਂ ਇਹਨਾਂ ਤੋਂ ਪਤਾ ਲੱਗਦਾ ਕਿ ਆਪਾਂ ਮੌਂਕੀਸ ਤੋਂ ਹੀ ਆਏ ਹਾਂ, ਉਹਨਾਂ ਦੀ ਹੀ ਨੈਕਸਟ ਜਨਰੇਸ਼ਨ ਆ, ਨੋ ਡਾਊਟ, ਨੋ ਡਾਊਟ। ਮੁੜ ਕੇ ਰਸਤਾ ਹੀ ਲੱਭਦੇ ਰਹਾਂਗੇ ਇੱਥੇ ਆਪਾਂ ਬੈਠ ਕੇ ਫੋਟੋਸ ਕਰਵਾ ਸਕਦੇ ਹਾਂ। ਸੋਹਣੀ ਲੋਕੇਸ਼ਨ ਬਣੀ ਹੋਈ ਆ, ਠੀਕ ਹੈ। ਗ੍ਰੀਨਰੀ ਬਹੁਤ ਹੈ। ਉਹ ਪਿੱਛੋਂ ਗੱਡੀ ਆ ਰਹੀ ਆ, ਪੀ ਪੀ ਕਰਦੀ। ਚਲੋ ਅੱਗੇ ਜਾ ਕੇ ਰਸਤਾ ਦੋ ਨਾ, ਅੱਗੇ ਚਲੋ ਅੱਗੇ ਅੱਗੇ, ਪਰ ਆਪਣੇ ਜੋਗੇ ਰਸਤਾ ਨਹੀਂ ਦੇ ਰਿਹਾ। ਪਹਿਲਾਂ ਇਹਨੂੰ ਚਲੇ ਜਾਣ ਦਿਓ। ਰੇਂਜ ਰੋਵਰ 'ਚ ਜਾ ਰਿਹਾ ਇਹ ਅੰਗਰੇਜ਼, ਰੇਂਜ ਰੋਵਰ, ਰੇਂਜਰ ਲਿਖਿਆ ਹੋਇਆ ਨਾ ਉੱਪਰ।